ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਕ੍ਰਿਸ਼ਨ ਸਿੰਘ ਦੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂਟਿਊਬ ਚੈਨਲ ਜਿੱਤੇਗਾ ਪੰਜਾਬ ਤੇ ਇੱਕ ਵੀਡੀਓ ਸ਼ੇਅਰ ਕੀਤਾ ਬਿਨਾਂ ਕਿਸੇ ਦਾ ਨਾਂ ਲਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਤੇ ਸਿਸਟਮ ਲੋਕਾਂ ਵੱਲੋਂ ਦਿੱਤੇ ਟੈਕਸ ਅਤੇ ਖੂਨ ਪਸੀਨੇ ਦੀ ਕਮਾਈ ਆਸਰੇ ਤੇ ਚੱਲਦਾ ਹੈ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਕਿ ਟੈਕਸ ਵਜੋਂ ਦਿੱਤਾ ਜਾ ਰਿਹਾ ਪੈਸਾ ਲੋਕਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੋਟ ਦੇ ਹੱਕ ਦੀ ਸਹੀ ਵਰਤੋਂ ਕਰਨ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਸੋ ਲਗਾਤਾਰ ਨਵਜੋਤ ਸਿੰਘ ਸਿੱਧੂ ਵੀਡੀਓ ਜਨਤਕ ਕਰ ਰਹੇ ਨੇ ਖੁਦ ਦਾ ਚੈਨਲ ਬਣਾ ਲਿਆ ਜਿੱਤੇਗਾ ਪੰਜਾਬ ਯੂਟਿਊਬ 'ਤੇ ਸੋ ਲਗਾਤਾਰ ਸਰਕਾਰ 'ਤੇ ਸਿੱਧੇ ਜਾਂ ਸਿੱਧੇ ਤੌਰ 'ਤੇ ਨਿਸ਼ਾਨੇ ਕਹਿ ਸਕਦੇ ਹਾਂ ਕਿ ਲਗਾਤਾਰ ਵਧਦੇ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਜੇਕਰ ਕੁਛ ਸਮਾਂ ਪਿੱਛੇ ਝਾਕ ਮਾਰੀਏ ਤਾਂ ਨਵਜੋਤ ਸਿੰਘ ਸਿੱਧੂ ਪਹਿਲਾਂ ਸਥਾਨਕ ਸਰਕਾਰਾਂ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ 'ਤੇ ਕਹਿ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿ ਕਾਰਜਸ਼ੈਲੀ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੀ ਉਹ ਠੀਕ ਨਹੀਂ ਰਹੀ ਇਸੇ ਕਰਕੇ ਕਿਤਨਾ ਕਿਤੇ ਤਕਰਾਰਬਾਜ਼ੀ ਵੀ ਰਹੀ ਕਾਫੀ ਜਿਹੜੇ ਤਕਰਾਰ ਭਰੇ ਬਿਆਨ ਆਏ ਨਵਜੋਤ ਸਿੰਘ ਸਿੱਧੂ ਦਾ ਉਹ ਵੀ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੈਪਟਨ ਸਿਰਫ ਆਰਮੀ ਦੇ ਕੈਪਟਨ ਨੇ ਮੇਰੇ ਕੈਪਟਨ ਸਿਰਫ ਰਾਹੁਲ ਗਾਂਧੀ ਨੇ ਉਸ ਤੋਂ ਬਾਅਦ ਲਗਾਤਾਰ ਪੰਜਾਬ ਕੈਬਨਿਟ ਦੇ ਵਜ਼ੀਰਾਂ ਦੀ ਪ੍ਰਤੀਕਿਰਿਆਵਾਂ ਆਈਆਂ ਸੋ ਲਗਾਤਾਰ ਰਿਐਕਸ਼ਨ ਉਸ ਵੇਲੇ ਆਏ ਅਤੇ ਹੁਣ ਨਵਜੋਤ ਸਿੰਘ ਸਿੱਧੂ ਦਾ ਨਵਾਂ ਵੀਡੀਓ ਸਾਹਮਣੇ ਜਿੱਤੇਗਾ ਪੰਜਾਬ ਚੈਨਲ 'ਤੇ ਪੰਜ ਸਾਲਾਂ ਦੇ ਅਧਿਕਾਰ ਉਹਨੂੰ ਦਿਓ ਜਿਹੜਾ ਤੁਹਾਨੂੰ ਇਸ ਤਾਕਤ ਦਾ ਹਿੱਸੇਦਾਰ ਬਣਾ ਸਕੇ ਭਾਗੀਦਾਰ ਬਣਾ ਸਕੇ ਸ਼ੇਅਰ ਹੋਲਡਰ ਬਣਾ ਸਕੇ ਲੋਕਾਂ ਦੀ ਦਿੱਤੀ ਤਾਕਤ ਤੁਹਾਡੇ ਪਿੰਡਾਂ ਨੂੰ ਤੁਹਾਡੇ ਸ਼ਹਿਰਾਂ ਨੂੰ ਤੁਹਾਡੇ ਕਸਬਿਆਂ ਨੂੰ ਤੁਹਾਨੂੰ ਆਪ ਨੂੰ ਵਿਕਾਸ ਦੇ ਰੂਪ ਦੇ ਵਿੱਚ ਵਾਪਸ ਮੋੜ ਸਕੇ ਨੌਕਰੀਆਂ ਦੇ ਰੂਪ ਦੇ ਵਿੱਚ ਆਤਮ ਨਿਰਭਰਤਾ ਦੇ ਰੂਪ ਦੇ ਵਿੱਚ ਤੁਹਾਨੂੰ ਵਾਪਸ ਮੋੜ ਸਕੇ ਸੋਚ ਕੇ ਵੇਖੋ ਉਹਨੂੰ ਤਾਕਤ ਕਿੱਥੋਂ ਜਾਂਦੀ ਹੈ ਇਹ ਤਾਕਤ ਤੁਹਾਡੇ ਟੈਕਸਾਂ ਦੀ ਦਿੱਤੀ ਹੈ ਜਾਂ ਤਾਂ ਸਿਸਟਮ ਦੇ ਵਿੱਚੋਂ ਇਨਕਮ ਦੇ ਰੂਪ 'ਚ ਆਉਂਦੀ ਹੈ ਸਰਕਾਰ ਨੂੰ ਜਾਂ ਤੁਹਾਡੇ ਖੂਨ ਪਸੀਨੇ ਦੀ ਕਮਾਈ ਟੈਕਸਾਂ ਦੀ ਦਿੱਤੀ ਹੋਈ ਪ੍ਰਚੂਨ ਦੀ ਦੁਕਾਨ 'ਤੇ ਵੀ ਚਲੇ ਜਾਓ ਤੇਲ 'ਤੇ ਟੈਕਸ ਟੁੱਥਪੇਸਟ 'ਤੇ ਟੈਕਸ ਹਰ ਚੀਜ਼ 'ਤੇ ਟੈਕਸ ਆਟੇ ਦਾਲ ਦੇ ਉੱਤੇ ਇਨਡਾਇਰੈਕਟ ਟੈਕਸ ਇਹ ਤੁਹਾਡੇ ਖੂਨ ਪਸੀਨੇ ਦੀ ਹੈ ਹੁਣ ਸੋਚ ਕੇ ਵੇਖੋ ਕਿ ਕੀ ਤਾਕਤ ਤੁਹਾਡੇ ਕੋਲ ਵਾਪਸ ਆਈ ਜਾਂ ਫਿਰ ਤੁਹਾਡੀ ਦਿੱਤੀ ਤਾਕਤ ਤੁਹਾਡੇ ਹੀ ਸਿਰ ਦੇ ਉੱਤੇ ਜੁੱਤੀ ਬਣ ਕੇ ਵਰੀ ਸੋ ਵੱਡਾ ਬਿਆਨ ਨਵਜੋਤ ਸਿੰਘ ਸਿੱਧੂ ਦਾ ਨਵਜੋਤ ਸਿੰਘ ਸਿੱਧੂ ਦਾ ਇਹ ਬਿਆਨ ਕਿਹੜੇ ਨਜ਼ਰੀਏ ਨਾਲ ਸਮਝੀਏ ਕਿਤੇ ਨਾ ਕਿਤੇ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ ਅਤੇ ਉੱਧਰ ਨਵਜੋਤ ਸਿੰਘ ਸਿੱਧੂ ਦੇ ਬਿਆਨ 'ਤੇ ਤਰੁਣ ਚੁੱਗ ਨੇ ਵੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਸ ਤਰ੍ਹਾਂ ਦਾ ਵਿਕਾਸ ਕੰਮ ਕਰ ਰਹੀ ਹੈ ਕਿਸ ਤਰ੍ਹਾਂ ਸਰਕਾਰ ਚੱਲ ਰਹੀ ਹੈ ਔਰ ਸਰਕਾਰ ਦੇ ਸਿਸਟਮ ਕਿਸ ਤਰ੍ਹਾਂ ਚੱਲ ਰਹੇ ਔਰ ਸਭ ਨਾਲ ਵੱਡਾ ਸਰਟੀਫਿਕੇਟ ਅੱਜ ਕਾਂਗਰਸ ਪਾਰਟੀ ਦੇ ਹੀ ਵਿਧਾਇਕ ਉਹਨਾਂ ਦੇ ਪੂਰਵ ਕੇਂਦਰੀ ਮੰਤਰੀ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਸਰਟੀਫਿਕੇਟ ਦੇ ਕੇ ਕੂੜਾ ਕਰ ਦਿੱਤਾ ਉਹਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਔਰ ਸੱਤਾ 'ਚ ਬੈਠੇ ਲੋਕਾਂ 'ਤੇ ਨਿਸ਼ਾਨਾ ਸਾਧਦੇ ਉਹਨੇ ਸਪਸ਼ਟ ਕੀਤਾ ਕਿ ਸਰਕਾਰ ਕੇਵਲ ਟੈਕਸ ਉਗਰਾ ਰਹੀ ਹੈ ਜਨਤਾ ਦੇ ਹਿੱਤ ਦਾ ਕੋਈ ਕੰਮ ਨਹੀਂ ਹੋ ਰਿਹਾ ਤੇ ਰਾਜਕੁਮਾਰ ਵੇਰਕਾ ਨੇ ਇਸ ਮਸਲੇ ਤੇ ਕੀ ਕਿਹਾ ਉਹਨਾਂ ਦਾ ਵੀ ਬਿਆਨ ਸੁਣਾ ਦਿੰਦੇ ਹਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ 5 ਸਾਲ ਕੇ ਬਾਅਦ ਜੋ ਸਰਕਾਰ ਹੈ ਉਹ ਅੱਛੇ ਲੋਕਾਂ ਕੀ ਆਏਗੀ ਬਿਲਕੁਲ ਉਹਨਾਂ ਨੇ ਠੀਕ ਕਿਹਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅੱਛਾ ਕੰਮ ਕਰ ਰਹੀ ਹੈ 5 ਸਾਲ ਬਾਅਦ ਵਹੀ ਰਿਪੀਟ ਹੋਗੀ ਯਹਾਂ ਤੱਕ ਉਹਨਾਂ ਨੇ ਕਿਹਾ ਕਿ ਸੇਵਾ ਕਰਨੇ ਵਾਲੋਂ ਕੀ ਸਰਕਾਰ ਆਏਗੀ ਉਹਨੇ ਕਿਹਾ ਕਿ ਪਹਿਲੇ ਜੋ ਸਰਕਾਰ ਸੀ ਉਹ 10% ਸੇਵਾ ਕਰਦੀ ਸੀ 90% ਮੇਵਾ ਖਾਤੀ ਸੀ ਔਰ ਉਹਨੇ ਕਿਹਾ ਕਿ ਨਾ ਅਕਾਲੀ ਦਲ ਕੀ ਸਰਕਾਰ ਆਏਗੀ ਬੀਜੇਪੀ ਕੀ ਵੀ ਸਰਕਾਰ ਨਹੀਂ ਆਏਗੀ ਜੋ ਝਾੜੂ ਤੀਲਾ ਤੀਲਾ ਹੋਇਆ ਹੈ ਉਨਕੀ ਵੀ ਸਰਕਾਰ ਨਹੀਂ ਆਏਗੀ ਸੋ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਕਈ ਵਾਰ ਸਰਕਾਰ 'ਤੇ ਹਮਲੇ ਬੋਲ ਚੁੱਕੇ ਨੇ ਭਾਵੇਂ ਸਿੱਧੇ ਤੌਰ 'ਤੇ ਹੋਣ ਭਾਵੇਂ ਅਸਿੱਧੇ ਤੌਰ 'ਤੇ ਹੋਣ ਇਸ ਵਾਰ ਵੀ ਵੀਡੀਓ ਜਨਤਕ ਹੋਇਆ ਜਿਸ ਵਿੱਚ ਨਵਜੋਤ ਸਿੰਘ ਸਿੱਧੂ
जिक्र कर रहे हैं कि अपने अधिकार उन्हां लोकां नूं दिओ जो उन्हां अधिकारां दी सही वरतों करन अते उन्हां अधिकारां दा मुल तुहाडे तक पहुँचा सकन। सो इस बयान नूं किहड़े नज़रिए नाल समझिए। नवजोत सिंह सिद्धू उह सियासतदान ने जो सरकार दे विच रह के सरकार दे खिलाफ कई बार बयान दे चुके ने, भावें बेअदबियां दा मामला होवे, भावें कोटकपूरा बैबल कलां गोलीकांड दा मामला होवे, पर समा नहीं देखते दे नवजोत सिंह सिद्धू। कुलवीर साढ़े पत्रकार साढ़े नाल लाइव जुड़ चुके ने। कुलवीर, नवजोत सिंह सिद्धू हमेशा बेबाकी दे तौर पर बयान देंदे ने, हमेशा जाने जाते हैं, भावें इलैक्शन तो पहलां दा बयान होवे, हालांकि काफ़ी कॉन्ट्रोवर्सी चली सी, स्थानक सरकार महकमा भी इन्हां नूं खोना पिया, तो उस मसले पर हुण भी लगातार बयान आ रहे ने। जितेगा पंजाब चैनल बनाया हुआ नवजोत सिंह सिद्धू ने, तो लगातार कॉन्ट्रोवर्सी जा रही है। इस बयान नूं किहड़े नज़रिए नाल समझी, हालांकि किसी का नाज नहीं लिया उन्होंने। देखो कृष्ण, बिल्कुल एक मंजे हुए राजनेता खिलाड़ी की तरह नवजोत सिंह सिद्धू हो चुके ने, एक मंजे हुए सियासतदान बन चुके ने, क्योंकि इन्हों का जो ये बयान आया है ये नवजोत सिंह सिद्धू सीधा निशाना भी अपना लगा गए, तो कि ना कि उन्होंने अपनी अपनी गल जी हैगी लोगों तक पहुँचा भी दी, परंतु किसी का ना लैके अपने आप को एक सेफ कॉर्नर के भी रखिया। तुम उस उन्होंने बयान के जोड़ा है मुख्य बिंदु जोड़े है वो सुने होने कि उन्होंने सब तो पहला पैराशूट के राही जे नेता उतारे जाते हैं उन्होंने सीधे तौर पर निशाने से लिया कि थोपे जाते हैं, परंतु वह युग जोड़ा है वह खत्म हो जा रहा है, क्यों उन्होंने इशारा किया कि हूँ इस तरह के सियासतदान अगे आएंगे जेडे लोगों के जन्मे ने धरातल से कम करके जोड़े लोगों के मन में राज करते हैं, उन्होंने सीधा निशाना जोड़ा है किस पर रखा समझा जा सकता है। दूजा उन्होंने जिस तरह के नाल टैक्सा का हवाला टैक्सिस का हवाला दे के एक प्रश्न जोड़ा है जनता तो पूछा है कि तो टैक्स तू विकास के रूप में वापस मिल रहा या फिर कितने ना कितने वो जी तो खून पसीने की कमाई सरकार टैक्सिस के थ्रू लेंदी है उसकी जुत्ती बन के तुहाडे सिर के उत्ते वज रही है। सवाल पूछे है जनता तो, यानी सीधा सवाल उन्होंने अपनी सरकार के उत्ते इन्हूं समझा जावे, जे बिल्कुल सरकार तो पूछे जाने पूछा सीधे तौर पे। कुलवीर तुसीं साडे नाल जुड़े रहे हो, साडे नाल राजकुमार वेरका कांग्रेस के विधायक ने। वेरका साहब, जिस तरह नाल नवजोत सिंह सिद्धू पहला भी कई बार बयान दे चुके ने, हालांकि जदों स्थानक सरकार महकमे के विच भी सी हुण विधायक ने, हुण भी बयान जनतक किया गया सीधे तौर पर सरकार के खिलाफ, समझिए जा फिर ना, किहड़े नजरिए नाल इस नूं समझदे तुसीं बयान नूं? उन्होंने कोई भी ना कांग्रेस पार्टी के खिलाफ ना सरकार के खिलाफ, उन्होंने कहा कि जिहड़े पैराशूटर बाहरों आउंदे आ उन्होंने उन्होंने ही लोग जमीन जुड़े लोगों चुनेगी, ये वेलकम का सारे लिए वेलकम है, कोई किसी के टास है। दूजा जे लोग सेवा करते हैं ये सच है, इस गल च भी कोई झूठ होना नहीं चाहिए। उन्होंने कितने कहा कि अकाली दल की सरकार आएगी, उन्होंने कितने कहा बीजेपी की सरकार आएगी, उन्होंने कितने कहा आम आदमी पार्टी की सरकार आएगी, या उन्होंने कितने कहा कांग्रेस सरकार नहीं आएगी। मैं ये तुम कह रहा कि नवजोत सिंह सिद्धू का बयान ये किसी भी तरह के कांग्रेस के खिलाफ नहीं है। वेरका साहब, मानते हो जिस तरह उन्होंने कहा कि टैक्स की जिहड़ी वरतू है वह सही लोगों के हाथ में पावर देनी चाहिए है, आखिरकार किहड़े लहजे दे विच उन्होंने बयान दिता कि कैप्टन अमरिंदर सिंह नूं टारगेट किया गया जां फिर केंद्र सरकार नूं टारगेट किया गया, तुसीं की समझते हो? नहीं 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 नहीं, उन्होंने पहले भी कल भी तुसीं बयान नहीं देखिया, कल का बयान भी तुहाडे कोल आ जाना चाहिए, कल भी उन्होंने ये केंद्र सरकार के खिलाफ उन्होंने और डॉक्टर नवजोत कौर सिद्धू ने भी हमला बोलिया सी, उन्होंने कहा कि पंजाब का बिल्कुल ध्यान नहीं किया जा रहा और पंजाब के जिहड़े टैक्स कट्टे होके इतों जाते हैं और वो केंद्र सरकार पंजाब की कोई मदद नहीं करती, और ये वास्ते ये गल नूं जिक्र लिआउणा कि वो कोई कांग्रेस के खिलाफ उन्होंने हमला बोलिया बिल्कुल नहीं है, और नवजोत सिंह सिद्धू का बयान ये अकाली बीजेपी की और केंद्र सरकार से हमला है। वेरका साहब बने रहे हो, वलटोहा साहब भी साढ़े नाल जुड़ चुके हैं। वलटोहा साहब, नवजोत सिंह सिद्धू पहला बेअदबियां के मसले पर विधानसभा के विच कार्रवाई की मांग करते हैं, तो फिर लगातार बयान जनतक करते हैं, हुण भी बयान आया कि चंगे लोगों नूं हाथ विच पावर दिओ तां जो लोगों नूं उसे पावर का मुल वापस मुड़ सके, आखिरकार इस बयान नूं किहड़े नज़रिए नाल समझिए? असीं
ਕ੍ਰਿਸ਼ਨ ਸਭ ਤੋਂ ਪਹਿਲੇ ਮੈਨੂੰ ਦੱਸਿਆ ਜੇ ਪਾਵਰ ਕੀ ਹੁੰਦੀ ਹੈ, ਕਿਸੇ ਨੂੰ ਮੈਂਬਰ ਪਾਰਲੀਮੈਂਟ ਬਣਾ ਦੇਣਾ ਲੋਕਾਂ ਵੱਲੋਂ ਪਾਵਰ ਨੇ। 2004 ਦੇ ਵਿੱਚ, 2007 ਦੇ ਵਿੱਚ, 2009 ਦੇ ਵਿੱਚ ਤਿੰਨ ਵਾਰ ਲਗਾਤਾਰ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ ਨਵਜੋਤ ਸਿੰਘ ਸਿੱਧੂ ਨੂੰ ਜੀ, ਹਿੰਦੁਸਤਾਨ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਵਿੱਚ ਭੇਜਿਆ। ਤੇ ਨਵਜੋਤ ਸਿੰਘ ਸਿੱਧੂ ਦੱਸ ਦਿਨ ਪੰਜਾਬ ਵਾਸਤੇ ਕੀ ਕੀਤਾ, ਅੰਮ੍ਰਿਤਸਰ ਵਾਸਤੇ ਕੀ ਕੀਤਾ, ਕੁਛ ਕੌਣ ਖੋਇਆ, ਇਸ ਤੋਂ ਵੱਡੀ ਪਾਵਰ ਕਿਹੜੀ ਹੋ ਸਕਦੀ ਹੈ। ਔਰ 2012 ਦੇ ਵਿੱਚ ਇਹਨਾਂ ਦੀ ਧਰਮ ਪਤਨੀ ਨੂੰ ਐਮ ਐਲ ਏ ਬਣਾਇਆ, ਸੀ ਪੀ ਐਸ ਬਣਾਇਆ, ਨਾਲ ਹੀ ਬੀਬਾ ਜੀ ਨੇ ਕੁਛ ਕੀਤਾ ਸਵਾਏ ਇੱਕ ਦੂਜੇ ਨੂੰ ਗਾਲਾਂ ਕੱਢਣ ਤੋਂ। ਔਰ 2017 ਚੋਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਭੌਂ ਕੇ ਐਮ ਐਲ ਏ ਬਣਾਇਆ, ਤੇ ਪੰਜਾਬ ਦਾ ਸਭ ਤੋਂ ਅਹਿਮ ਮਹਿਕਮਾ ਲੋਕਲ ਬਾਡੀ ਚ ਦਿੱਤਾ ਗਿਆ। 2.5 ਸਾਲ ਮਿਨਿਸਟਰ ਰਹੇ ਨੇ, ਇੱਕ ਵੀ ਕੰਮ ਗਿਣਾ ਦੇਣਾ ਜਾਂ 2.5 ਸਾਲਾਂ ਚ ਉਹਨਾਂ ਨੇ ਕੀਤਾ ਹੋਵੇ। ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਪਾਲੇ ਬਦਲਣ ਦੇ ਆਦੀ ਨੇ, ਆਪਣੀ ਕੀਤੀ ਹੋਈ ਗੱਲ ਤੋਂ ਭੱਜਣ ਦੇ ਆਦੀ ਨੇ। ਉਹ ਕਿਸੇ ਨੂੰ ਉਹਦਾ ਨਹੀਂ, ਭਾਰਤੀ ਜਨਤਾ ਪਾਰਟੀ ਚ ਆਏ ਸੀ, ਮਾਂ ਕਿਆ ਵਾਜਪੇਈ ਸਾਹਿਬ ਨੂੰ ਪਿਓ ਕਿਆ, ਮੋਦੀ ਸਾਹਿਬ ਨੂੰ ਪਿਓ ਕਿਆ, ਅਰੁਣ ਜੇਤਲੀ ਜੀ ਨੂੰ ਪਿਓ ਕਿਆ, ਇੱਥੋਂ ਤੱਕ ਇੱਕ ਪ੍ਰਕਾਸ਼ ਸਿੰਘ ਬਾਦਲ ਨੂੰ ਪਿਓ ਕਿਆ, ਤੇ ਪਿਓ ਬਦਲੇ। ਔਰ ਸੋਨੀਆ ਗਾਂਧੀ ਨੂੰ ਜੋ ਕੁਛ ਕਹਿੰਦੇ ਰਹੇ ਨੇ, ਮੁੰਨੀ ਨਾਂ ਜਿਹੜਾ ਹੈ ਕਿਸ ਤਰ੍ਹਾਂ ਦਾ ਨਾਂ ਆ, ਤੇ ਸਰਦਾਰ ਮਨਮੋਹਨ ਸਿੰਘ ਨੂੰ ਮੋਨੀ ਬਾਬਾ, ਤੇ ਰਾਹੁਲ ਗਾਂਧੀ ਨੂੰ ਪੱਪੂ, ਤੇ ਅੱਜ ਪੱਪੂ ਜੀ ਜਿਹੜੇ ਨੇ ਉਹ ਵੱਡੇ ਲੀਡਰ ਬਣ ਗਏ ਨੇ, ਸੋਨੀਆ ਗਾਂਧੀ ਮੰਮੀ ਬਣ ਗਈ ਹੈ, ਸਰ ਮਨਮੋਹਨ ਸਿੰਘ ਜਿਹੜੇ ਅਸਰਦਾਰ ਨਹੀਂ ਸੀ, ਹਾਂਜੀ ਕਾਂਗਰਸ ਪੰਜਾਬ ਨੂੰ ਟਾਰਗੇਟ ਕਰਕੇ ਬਿਆਨ ਦਿੱਤਾ ਗਿਆ, ਕਿਉਂਕਿ ਤਰਨ ਚੁੱਕ ਦੀ ਅਸੀਂ ਸਟੇਟਮੈਂਟ ਹੁਣੀ ਸੁਣ ਰਹੇ ਸੀ। ਮੈਂ ਇਸੇ ਗੱਲ ਤੇ ਆਉਣਾ ਚਾਹੁੰਦਾ ਸੀ ਕ੍ਰਿਸ਼ਨ ਜੀ, ਇਸ ਗੱਲ ਨੂੰ ਰਾਜਕੁਮਾਰ ਵੇਰਕਾ ਜੀ ਮੇਰੇ ਬੜੇ ਸਤਿਕਾਰਯੋਗ ਨੇ, ਇਹਨਾਂ ਨੂੰ ਤੇ ਕਾਂਗਰਸ ਪਾਰਟੀ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਤੇ ਮੇਰੇ ਖਿਆਲ ਕੈਪਟਨ ਅਮਰਿੰਦਰ ਸਿੰਘ ਸਵੀਕਾਰ ਕਰ ਵੀ ਚੁੱਕਿਆ ਕਿ ਨਵਜੋਤ ਸਿੰਘ ਸਿੱਧੂ ਮੇਰੇ ਦੇ ਪੰਜਾਬ ਕਾਂਗਰਸ ਦੇ ਵਿਰੋਧ ਚੜ ਕੇ ਖੜਾ ਹੋਇਆ ਹੋਇਆ, ਔਰ ਉਹਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਨੇ ਉਹ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਵਾਲੀਆਂ ਨੇ। ਇੱਕ ਨਵਾਂ ਪੈਦਰਾ ਜਿੱਤੇਗਾ ਪੰਜਾਬ, ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਬਾਡੀ ਲੈਂਗੁਏਜ ਹੈ, ਜਿਸ ਤਰ੍ਹਾਂ ਦੀ ਉਹਨਾਂ ਦੇ ਗੱਲ ਕਰਨ ਦਾ ਅੰਦਾਜ਼ ਹੈ, ਜਿਹੜੀ ਉਹ ਵੀਡੀਓ ਉਹਨਾਂ ਨੇ ਪਾਈ ਹੈ ਅੱਜ ਸੁਬਹਾ ਦਿੰਦੀ, ਅੱਜ ਜਦੋਂ ਕੋਰੋਨਾ ਨਾਲ ਲੜਾਈ ਚੱਲ ਰਹੀ ਹੈ, ਤੁਸੀਂ ਕੋਰੋਨਾ ਬਾਰੇ ਕੁਛ ਸੁਝਾਅ ਦਿਓ ਸਰਕਾਰ ਨੂੰ, ਉਸ ਮਸਲੇ ਤੇ ਕਹੋ ਕਿ ਤੁਸੀਂ ਆਹ ਨੀ ਕੀਤਾ, ਆਹ ਕਰੋ, ਤੁਸੀਂ ਇੱਥੇ ਗਲਤ ਕੀਤਾ ਆ, ਤੇ ਫਿਰ ਜਿੱਤੇਗਾ ਪੰਜਾਬ। ਜਿੱਤਣ ਵਾਲੀ ਗੱਲਾਂ ਤੇ ਅਜੇ ਪਤਾ ਨੀ ਕੀ ਬਣਨਾ, ਦੁਨੀਆਂ ਦਾ ਕੀ ਨਹੀਂ ਬਣਨਾ, ਪਰ ਆਸਾਂ ਦਾ ਰਹਿਣਾ ਚਾਹੀਦਾ ਇਹ 'ਚ ਕੋਈ ਦਰਾਮਣ ਗਿਆ। ਪਰ ਕੇਵਲ ਤੇ ਕੇਵਲ ਆਪਦੀ ਚੌਧਰ ਚਮਕਾਉਣ ਦੀ ਖਾਤਰ ਨਵਜੋਤ ਸਿੰਘ ਸਿੱਧੂ ਵਿੱਚ ਕੋਈ ਦਰਾਮਣ ਨੇ ਟਾਰਗੇਟ ਕਾਂਗਰਸ ਨੂੰ ਕੀਤਾ ਹੈ, ਪੰਜਾਬ ਕਾਂਗਰਸ ਨੂੰ ਕੀਤਾ ਹੈ, ਪੰਜਾਬ ਦੇ ਜਿਹੜੇ ਪਾਵਰ ਹੈ ਜਿਹਨਾਂ ਲੋਕਾਂ ਦੇ ਹੱਥਾਂ 'ਚ, ਉਹਨਾਂ ਨੂੰ ਟਾਰਗੇਟ ਕੀਤਾ ਹੈ। ਔਰ ਵਾਰ ਵਾਰ ਆਪਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੇਰੇ ਵਰਗੇ ਨੂੰ ਅੱਗੇ ਲਿਆਓ, ਤੇ ਤਦ ਹੀ ਜਿਹੜੀ ਪਾਵਰ ਜਿਹੜੀ ਹੈ ਸ਼ੇਅਰ ਹੋ ਸਕਦੀ ਹੈ ਜੀ। ਵੇਰਕਾ ਸਾਹਿਬ ਸਹਿਮਤ ਤੋਂ ਬਲਟੋਹਾ ਸਾਹਿਬ ਕਹਿ ਰਹੇ ਨੇ, ਜਿਸ ਤਰ੍ਹਾਂ ਨਾਲ ਗੱਲ ਦਾ ਜ਼ਿਕਰ ਹੋਇਆ ਕਿ ਟਾਰਗੇਟ ਕਾਂਗਰਸ ਨੂੰ ਕੀਤਾ ਗਿਆ, ਕੱਲ ਵੀ ਉਹਨਾਂ ਦਾ ਬਿਆਨ ਕੇਂਦਰ ਤੇ ਹੁੰਦਾ ਸੀ, ਅੱਜ ਵੀ ਉਹਨਾਂ ਦਾ ਬਿਆਨ ਕਿਸੇ ਜਗ੍ਹਾ ਦੇ ਉੱਪਰ ਇਹ ਨਹੀਂ ਹੈ ਕਿ ਉਹਨਾਂ ਨੇ ਕਾਂਗਰਸ ਦੇ ਉੱਪਰ ਹਮਲਾ ਕੀਤਾ ਹੋਇਆ, ਕਾਂਗਰਸ ਦਾ ਨਾਂ ਲਿਆ ਹੋਵੇ। ਔਰ ਉਹਨਾਂ ਨੇ ਹਮੇਸ਼ਾ ਹੀ ਜਿਸ ਪਾਰਟੀ ਨੂੰ ਟਾਰਗੇਟ ਕੀਤਾ ਹੈ, ਜੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸੇਵਾ ਨਹੀਂ ਮੇਵਾ, ਮੇਵਾ ਦੀ ਗੱਲ ਉਹ ਕਿੰਨਾ ਵਾਸਤੇ ਕਹਿੰਦੇ ਆ, ਆਪਾਂ ਸਾਰੇ ਹੀ ਇਸ ਗੱਲ ਨੂੰ ਵੀ ਜਾਣਦੇ ਹਾਂ। ਔਰ ਮੈਂ ਇਹ ਗੱਲ ਬਾਰ ਬਾਰ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਨੇਤਾ ਹੈ, ਔਰ ਉਹਨਾਂ ਦਾ ਬਿਆਨ ਕਾਂਗਰਸ ਦੇ ਖਿਲਾਫ਼ ਨਹੀਂ, ਇਹ ਬੀਜੇਪੀ ਦੀ ਸਰਕਾਰ ਦੇ ਖਿਲਾਫ਼। ਸਾਡੇ ਨਾਲ ਸਾਡੇ ਐਸੋਸੀਏਟ ਐਡੀਟਰ ਜਗਦੀਪ ਸੰਧੂ ਵੀ ਜੁੜ ਚੁੱਕੇ ਨੇ। ਸੰਧੂ ਸਾਹਿਬ, ਇਸ ਮਸਲੇ 'ਤੇ ਕੋਂਟਰੋਵਰਸੀ ਇੱਕ ਹੋਰ ਸ਼ੁਰੂ ਹੋ ਚੁੱਕੀ ਹੈ, ਨਵਜੋਤ ਸਿੰਘ ਸਿੱਧੂ ਦਾ ਬਿਆਨ ਆਇਆ ਅਤੇ ਬੀਜੇਪੀ ਅਕਾਲੀ ਦਲ ਕਹਿ ਰਿਹਾ ਕਿ ਟਾਰਗੇਟ ਹੈ ਜਿਹੜਾ ਸੂਬਾ ਕਾਂਗਰਸ ਨੂੰ ਕੀਤਾ ਗਿਆ। ਤੁਸੀਂ ਸਵਾਲ ਵੀ ਪੁੱਛ ਸਕਦੇ ਹੋ, ਸਾਡੇ ਨਾਲ ਵੇਰਕਾ ਸਾਹਿਬ ਵੀ ਨੇ ਅਤੇ ਬਲਟੋਹਾ ਸਾਹਿਬ ਵੀ ਜੁੜੇ ਹੋਏ ਨੇ। ਡਾਕਟਰ ਰਾਜਕੁਮਾਰ ਵੇਰਕਾ ਦੀ ਮੈਂ ਮਜਬੂਰੀ ਸਮਝ ਸਕਦਾ, ਔਰ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਦੀ ਪਿਛਲੇ ਇੱਕ ਸਾਲ 'ਚ ਨਵਜੋਤ ਸਿੱਧੂ ਨਾਲ ਕਦੀ ਗੱਲਬਾਤ ਹੋ ਪਾਈ ਹੋਏਗੀ, ਹਾਲਾਂਕਿ ਇੱਕੋ ਸ਼ਹਿਰ 'ਚ ਦੋਨੋਂ ਰਹਿੰਦੇ ਆ। ਦਰਅਸਲ ਕਾਂਗਰਸ ਦੀ ਮਜਬੂਰੀ ਬਣ ਚੁੱਕੀ ਆ ਕਿ ਨਵਜੋਤ ਸਿੱਧੂ ਨੂੰ ਨਾ ਤਾਂ ਉਹਦੇ ਖਿਲਾਫ਼ ਕੋਈ ਐਕਸ਼ਨ ਲੈ ਸਕਦੇ ਆ, ਔਰ ਨਾ ਉਹਨਾਂ ਨੂੰ ਪਾਰਟੀ 'ਚ ਰਹਿਣ ਲਈ ਮਜਬੂਰ ਕਰ ਸਕਦੇ ਆ। ਡਾਕਟਰ ਸਾਹਿਬ, ਇੱਕ ਕਹਾਵਤ ਆ ਔਰ ਇੱਕ ਸ਼ੇਅਰ ਹੈ ਜਿੱਥੇ ਫਿਲਮ ਦਾ ਵੀ, ਹਮੇ ਤੋਂ ਆਪਣਾ ਨੇ ਲੁਟਾ ਗੈਰੋ ਮੇ ਕਹਾ ਦਮ ਥਾ, ਹਮਾਰੀ ਕਸ਼ਤੀ ਵਹਾਂ ਡੁੱਬੀ ਜਾਂ ਪਾਣੀ ਹੀ ਕਮ ਥਾ। ਔਰ ਤੁਹਾਨੂੰ ਵੀ ਇਹ ਐਕਸੈਪਟ ਕਰਨਾ ਪਏਗਾ ਕਿ ਜੋ ਬਿਆਨ ਆ ਉਹ ਪੰਜਾਬ ਕਾਂਗਰਸ ਦੇ ਪੰਜਾਬ ਦੇ ਸੀ ਐਮ ਦੇ ਖਿਲਾਫ਼ ਹੈ, ਔਰ ਇਸ 'ਚ ਤੁਹਾਨੂੰ ਬਿਲਕੁਲ ਵੀ ਇਹਦੀ ਐਡਵਾਂਟੇਜ ਨਹੀਂ ਲੈਣੀ ਚਾਹੀਦੀ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਕੰਮ ਕਰਨਗੇ। ਰਿਹਾ ਸਵਾਲ ਨਵਜੋਤ ਸਿੱਧੂ ਦਾ, ਨਵਜੋਤ ਸਿੱਧੂ ਜੋ ਹੈ ਉਹ ਆਪਣੀ
ग्राउंड तैयार कर रहे हैं कि अगले डेढ़ साल बाद कांग्रेस रहेंगे या कांग्रेस तो बाहर जाके पार्टी बनाएंगे। और जितों तक उन्होंने सवाल है कि पैराशूट जिहड़े कैंडीडेट आते हैं, मैं उन्होंने एक गल याद करा दा कि जो पटियाले उनका होम टाउन थी और पहली बार जो अमृतसर आए थे और शायद पैराशूट के जरिए आए थे, पैराशूट के जरिए आए थे और अमृतसर डॉक्टर रविंदर लाल भाटिया वर्गे जिहड़े वड्डे कद्दे ने नेता सी उन्होंने दरकिनार करके इन्हों लिया गया से। कुल मिला के बहुत वड्डे वड्डे लीडर से अमृतसर पर इन्हों पटियाले लिया एक मजबूरी बन गई थी। और डॉक्टर साहब किते ना किते कांग्रेस लई एक बहुत चुनौती बने हुए नवजोत सिद्धू बार बार वो चैलेंज करते हैं कि मेरा कैप्टन राहुल गांधी है, कैप्टन अमरिंदर सिंह की अगुवाई नहीं मानते। करीब एक साल तो ना पहला तो उन्होंने कोई कैबिनेट मीटिंग अटेंड नहीं की, हूँ भी जो भी पंजाब कांग्रेस या पंजाब सरकार भी कोई एमएलए मीटिंग हुई है उन्हें भी शामिल नहीं रहे। आखिर की वजह है कि तुम डिसिप्लिनरी एक्शन नहीं ले सकते? और मैं ये भी जानना चाहूंगा कि तुम्हारी पिछले एक साल से कितनी बार फेस टू फेस गलबात हुई है नवजोत सिद्धू ना? मैं एक गल कह रहा कि भाई उन्होंने बीजेपी के हक च बोलिया है, उन्होंने अकाली दल की तारीफ की है, उन्होंने आम आदमी पार्टी की तारीफ की है, उन्होंने पैराशूट किन्हां नूं कहा भाई पैराशूट आले लोगों की उन्होंने गल कि की सेवा दे मेवा की गल नहीं करते। लेकिन मैं ये गल कह रहा कि भाई जिहड़े हुण तक दे तत्त जिन्ने क मैं पढ़ पाया जिन्ने क मैं उन्होंने स्टडी किया हूं इस बयान दे विच जिहड़ा बयान है ये केंद्र की सरकार और बीजेपी की सरकार के खिलाफ है। डॉक्टर साहब जिहड़ा मीटिंग भी आ रहे लगातार पंजाब कांग्रेस जिहड़ियां मीटिंग हुंदियां जां तुहाडे सीएम साहब जिहड़े एमएलए तों फीडबैक लै रहे सी ओह शरेआम डिफाई करदे आ किसे मीटिंग च नहीं आंदे, इहनूं किवें देखदे हो? जे तुहाडी पार्टी दे नाल है तां क्यों नहीं खुल के सरकार दा साथ दिंदे, क्यों नहीं तुहाडे नाल गलबात करदे? तुसीं कि लास्ट टाइम कदों मिले हो ये दस्सो प्लीज। देखो मैं तो इत्थे ही रहना, मैनूं तो मिलण दा कोई मतलब नहीं, मैं तो सारा दिन ही मिलण वाला बंदा। अगर उन्होंने कोई जरूरत होंगी है मेरे नाल गल कर लैंदे आ, मैनूं जरूरत नहीं मैं उन्होंने कर लैंदा, असीं इक्को ही सारा दिन ही रहिंदे आ। लेकिन सवाल इस गल का नहीं, सवाल सिर्फ इन दो लाइना का ही हैगा आ कि आया कि जे जे ये सोचन कि भाई हुण बीजेपी दे कोई लड्डू फुट रहे हैं या अकाली दल दे लड्डू फुट रहे हैं या कोई कांग्रेस के लड्डू पुस रहे हैं, आ भी गलत गल आ गई। लेकिन ये गल बड़ी स्पष्ट से साफ मैं तुम्हें ये गल कह रहा कि किसी व्यक्ति विशेष का मन मुटाव किसी भी मेरा भी हो सकता है, तुहाडा भी हो सकता है, किसी होर का भी हो सकता है, लेकिन उन्होंने पार्टी के नाल किसी तरह का मन मुटाव नहीं है। डॉक्टर साहब तुहानू तुहाडी सीनियोरिटी नूं दरकिनार करके तुहानू मंत्रीमंडल शामिल नहीं किया गया, लेकिन उसके बावजूद कभी तुसीं पार्टी प्लेटफॉर्म तो बाहर जाके कोई बयान नहीं दिता, तो तुहानू लगता है कि सिद्धू साहब से तुहाडी पोजीशन सेम है? आए दिन वह बयान देते हैं कैप्टन अमरिंदर सिंह मेरे कैप्टन नहीं है, जो कि पंजाब के सीएम होने और कैबिनेट के मंत्री सके और बार बार जो मिलते नहीं है, तो हम लगता नहीं है कि पार्टी फोरम से रह के चलो इंटरनल डेमोक्रेसी की गल करिए, तो मैं लगता नहीं कि कांग्रेस की इन्नी वड्डी इंटरनल डेमोक्रेसी आ चुकी है कि तुम कहो जी सिद्धू साहब को पूरा हक है। मैं नहीं लगता जो कोई होर लीडर बोलेगा तो शायद उन्होंने पार्टी रखा जाएगा, लेकिन तुम मानते क्यों नहीं हो इस गल कि कांग्रेस लई एक एक मजबूरी बन गए नवजोत सिद्धू? ना तो तुम उन्होंने पार्टी चो बाहर का रस्ता दिखा सकते हो, ना पार्टी के रहना चाहे ना वो काम करे थोड़े मिल के। देखो संत साहब मेनली गल सिर्फ इनी आ जिनी मैं तुम गल कही है, भाई हर एक इंसान अपने अपने सुभा के उपर बहुत चीजा निर्भर कर दया होंगे, ठीक है, और जो पार्टी लगेगा कि भाई ये पार्टी के खिलाफ स्पीच कर रहे हैं तो पार्टी उसके उपर जरूर फैसला करेगी, और जो ये केस कर वास्ते जे पार्टी के इंटरनल कुछ मैटर है वो कांग्रेस हाईकमान के नोटिस है और जी कोई माड़ी मोटी मन मटा भी होएगा उन्होंने जल्दी दूर कर लिया जाएगा और सब लोग मिलकर काम करेंगे। ਵਿਰਕਾ ਸਾਹਿਬ ਤੁਸੀਂ ਬਣੇ ਰਹੇ ਹੋ, ਵਲਟੋਹਾ ਸਾਹਿਬ ਤੁਸੀਂ ਬਣ ਰਹੇ ਹੋ ਸਾਡੇ ਨਾਲ, ਜੈਕ ਕਿਸ਼ਨ ਰੋੜੀ ਜੁੜ ਚੁੱਕੇ ਨੇ। ਰੋੜੀ ਸਾਹਿਬ, ਨਵਜੋਤ ਸਿੰਘ ਸਿੱਧੂ ਕਦੇ ਫਰੈਂਡਲੀ ਮੈਚ ਦਾ ਜ਼ਿਕਰ ਕਰਦੇ ਨੇ ਤੇ ਉਸ ਤੋਂ ਬਾਅਦ ਸਥਾਨਕ ਸਰਕਾਰਾਂ ਮਹਿਕਮੇ ਤੋਂ ਬਾਅਦ ਫਿਰ ਸਾਬਕਾ ਕੈਬਨਿਟ ਮੰਤਰੀ ਬਣ ਜਾਂਦੇ ਨੇ ਤੇ ਹੁਣ ਲਗਾਤਾਰ ਵੀਡੀਓ ਜਨਤਕ ਹੋ ਰਹੀਆਂ ਨੇ, ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ, ਆਖਿਰਕਾਰ ਕਹਿਣਾ ਕੀ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ? ਦੇਖੋ ਸੱਚਾਈ ਇਹ ਆ, अज कांग्रेस वाले कह रहे ने कि सिद्धू साहब ने जो किया वो अकाली दल भाजपा लई किया, और अकाली दल भाजपा कह रही जे जो भी नवजोत सिंह सिद्धू ने किया वो कांग्रेस लई किया,
ਨਵਜੋਤ ਸਿੰਘ ਸਿੱਧੂ ਕੀ ਕਹਿੰਦੇ ਨੇ ਉਹਨਾਂ ਨੂੰ ਇੱਕ ਸਾਈਡ ਤੇ ਛੱਡ ਲਈਏ, ਪਰ ਪੰਜਾਬ ਦੇ ਲੋਕ ਤੇ ਭਾਰਤ ਦੇ ਲੋਕ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ ਅੱਜ ਸਾਡਾ ਦੇਸ਼ ਜਿਹੜਾ ਕਦੇ ਅੰਗਰੇਜ਼ ਦੇ ਡਾਲਰ ਨਾਲੋਂ ਵੱਧ ਰੁਪਈਏ ਦੀ ਕੀਮਤ ਸੀ ਤੇ ਅੱਜ ਉਹਦੀ ਕਿੱਥੇ ਚਲੀ ਗਈ ਆ। 70 ਸਾਲਾਂ ਦੇ ਵਿੱਚ ਉਹ ਭਾਵੇਂ ਜਿਹੜੀ ਮਰਜ਼ੀ ਪਾਰਟੀ ਨੇ ਰਾਜ ਕੀਤਾ ਹੋਵੇ, ਭਾਵੇਂ ਕਾਂਗਰਸ ਨੇ ਕੀਤਾ ਹੋਵੇ, ਅਕਾਲੀ ਦਲ ਨੇ ਕੀਤਾ ਹੋਵੇ, ਭਾਵੇਂ ਭਾਜਪਾ ਨੇ ਕੀਤਾ ਹੋਵੇ, ਸਵਾਏ ਇਹਨਾਂ ਆਪਣੇ ਲੀਡਰਾਂ ਨੇ ਆਪਣੇ ਘਰ ਭਰਨ ਤੋਂ ਇਲਾਵਾ ਲੋਕਾਂ ਦੇ ਘਰ ਖਾਲੀ ਕਰ ਛੱਡੇ ਨੇ। ਅੱਜ ਲੋੜ ਤਾਂ ਸੀਗੀ, ਜਦੋਂ ਤੁਸੀਂ ਦੇਖੋਗੇ ਅੱਜ ਜਦੋਂ ਲੋੜ ਪੈਂਦੀ ਹਸਪਤਾਲਾਂ ਵਿੱਚ ਡਾਕਟਰਾਂ ਦੀ, ਵੈਂਟੀਲੇਟਰਸ ਦੀ ਲੋੜ ਪੈਂਦੀ ਹੈ ਤਾਂ ਸਾਰੇ ਉੱਪਰ ਆਲੇ ਦੁਆਲੇ ਝਾਕਦੇ ਆ ਕਿ ਭਾਈ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈ, ਅੱਜ ਟੈਸਟ ਕਰਨ ਦੇ ਪ੍ਰਬੰਧ ਨਹੀਂ ਹੈ। ਜੇਕਰ ਤੁਸੀਂ ਇਹ ਮੇਰਕਾ ਸਾਹਿਬ ਕਹਿ ਰਹੇ ਨੇ ਕਿ ਸਾਡੀ ਸਰਕਾਰ ਨੂੰ ਨਹੀਂ ਕਿਹਾ, ਮੇਰਕਾ ਸਾਹਿਬ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਇਹਨਾਂ ਨੇ ਕਿਹਾ ਸੀ ਕਿ ਘਰ ਘਰ ਨੌਕਰੀ ਰੁਜ਼ਗਾਰ ਦੇਵਾਂਗੇ, ਉਹ ਚ ਫੇਲ ਹੋਏ ਕਿ ਨਹੀਂ ਹੋਏ? ਜਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਕਰਜ਼ਾ ਕਿਸਾਨਾਂ ਦਾ ਮਾਫ਼ ਕਰਾਂਗੇ, ਉਹਦੇ ਵਿੱਚ ਫੇਲ ਹੋਏ ਕਿ ਨਹੀਂ ਹੋਏ? ਜਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ, ਉਹਦੇ ਵਿੱਚ ਫੇਲ ਹੋਏ ਕਿ ਨਹੀਂ ਹੋਏ? ਤੇ ਇਹਨਾਂ ਨੇ ਇਹ ਕਿਹਾ ਸੀ ਕਿ ਬਾਦਲਾਂ ਵੱਲੋਂ ਕੀਤੇ ਹੋਏ ਬਿਜਲੀ ਦੇ ਸਮਝੌਤੇ ਉਹ ਅਸੀਂ ਆ ਕੇ ਕੈਂਸਲ ਕਰਾਂਗੇ, ਉਹ ਕੈਂਸਲ ਕਰਨ ਦੇ ਵਿੱਚ ਫੇਲ ਹੋਏ ਕਿ ਨਹੀਂ ਹੋਏ? ਅੱਜ ਤੁਸੀਂ ਦੇਖੋ 40 ਦਿਨ ਤੋਂ ਉੱਪਰ ਹੋ ਗਿਆ ਲੋਕਡਾਊਨ ਨੂੰ, ਕਿਰਾਏਦਾਰ ਜਿਹੜੇ ਆ ਉਹ ਆਪਣੇ ਬਹੁਤ ਜ਼ਿਆਦਾ ਪਰੇਸ਼ਾਨ ਨੇ, ਲੋਕ ਆਪਣੇ ਘਰਾਂ ਵਿੱਚ ਬੈਠੇ ਨੇ, ਬਿਜਲੀ ਦਾ ਬਿੱਲ 10-10 ਹਜ਼ਾਰ 20-20 ਹਜ਼ਾਰ ਰੁਪਇਆ ਇਕੱਲੇ ਇਕੱਲੇ ਦੇ ਮੋਬਾਈਲ ਦੇ ਉੱਪਰ ਮੈਸੇਜ ਕਰ ਦਿੱਤਾ ਗਿਆ ਕਿ ਬਿਜਲੀ ਦੇ ਬਿੱਲ ਦਿਓ। ਦੁਕਾਨਦਾਰ ਤਾਂ ਬੈਠਾ ਕਿ ਮੈਂ ਆਪਣਾ ਕਿਰਾਇਆ ਕਿੱਥੋਂ ਦੇਣਾ, ਉਹਨੂੰ ਉਤੋਂ ਹੋਰ ਟੈਨਸ਼ਨ ਪਾ ਦਿੱਤੀ ਕਿ ਅਸੀਂ ਜਿਹੜੇ ਬਿਜਲੀ ਦੇ ਬਿੱਲ ਕਿੱਥੋਂ ਦੇਣੇ ਆ। ਮੈਨੂੰ ਇਹ ਦੱਸ ਦੇਣਾ ਕਿ ਇਹ ਕਿਹੜੀ ਗੱਲ ਦੇ ਵਿੱਚ ਕਾਮਯਾਬ ਹੋਏ ਨੇ। ਹਾਂ ਅਸੀਂ ਕਹਿ ਰਹੇ ਹਾਂ ਕਿ ਦੇਸ਼ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਦੀ ਚਿਰੰਗ ਉੱਠੀ ਹੈ, ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ, ਅਸੀਂ ਗੱਲ ਕੀਤੀ ਸੀ ਕਿ ਅਸੀਂ ਸਿਹਤ ਸੇਵਾਵਾਂ ਵਧੀਆ ਕਰਾਂਗੇ, ਅਸੀਂ ਐਜੂਕੇਸ਼ਨ ਵਧੀਆ ਕਰਾਂਗੇ, ਅਸੀਂ ਲੋਕਾਂ ਨੂੰ ਫ੍ਰੀ ਬਿਜਲੀ ਦੇਵਾਂਗੇ, ਤੇ ਅਸੀਂ ਵੋਟਾਂ ਤੋਂ ਪਹਿਲਾਂ ਕਿਹਾ ਕਿ ਭਾਈ ਤੁਹਾਡਾ ਵਾਅਦਾ ਕੀਤਾ ਸੀ, ਜੇ ਕੰਮ ਕੀਤਾ ਤਾਂ ਵੋਟ ਪਾ ਦਿਓ, ਨਹੀਂ ਸਾਨੂੰ ਨਾ ਪਾਇਓ। 17 ਦੇ ਵਿੱਚੋਂ 62 ਸੀਟਾਂ ਮੁੜ ਕੇ ਲੋਕਾਂ ਨੇ ਫੇਰ ਦਿੱਤੀਆਂ, ਇਹਨੂੰ ਕਹਿੰਦੇ ਨੇ ਕੰਮ ਕਰਨਾ। ਬਲਟੋਹਾ ਸਾਹਿਬ ਵੀ ਉਹੀ ਗੱਲ ਕਹਿ ਰਹੇ ਨੇ, ਜੈਕਿਸ਼ਨ ਰੋੜੀ ਵੀ ਉਹੀ ਗੱਲ ਕਹਿ ਰਹੇ ਨੇ, ਆਖਿਰਕਾਰ ਕਦੇ ਫ੍ਰੈਂਡਲੀ ਮੈਚ ਦਾ ਜ਼ਿਕਰ ਹੁੰਦਾ ਹੈ ਤੇ ਉਸ ਤੋਂ ਬਾਅਦ ਕਦੇ ਲਗਾਤਾਰ ਬਿਆਨ ਆਉਂਦੇ ਨੇ, ਤੇ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਨਾ ਮੰਨਣਾ, ਤੇ ਹੁਣ ਨਵੇਂ ਵੀਡੀਓ ਲਗਾਤਾਰ ਵਾਇਰਲ ਕਰਨੇ। ਆਖਿਰਕਾਰ ਗੱਲ ਤਾਂ ਸਹੀ ਹੈ ਨਾ ਕਿ ਆਪਣਾ ਬੇਸ ਤਿਆਰ ਕਰਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਵੇਰਕਾ ਸਾਹਿਬ ਨਾਲ ਲੱਗਦਾ ਉਹ ਚਲੇ ਗਏ, ਅਸੀਂ ਮੁੜ ਤੋਂ ਜੁੜਨ ਦੀ ਕੋਸ਼ਿਸ਼ ਕਰਾਂਗੇ। ਬਲਟੋਹਾ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ, ਜੈਕਿਸ਼ਨ ਰੋੜੀ ਵੀ ਜੁੜੇ ਹੋਏ ਨੇ। ਬਲਟੋਹਾ ਸਾਹਿਬ, ਕਦੇ ਫਰੈਂਡਲੀ ਮੈਚ ਦਾ ਜ਼ਿਕਰ ਹੁੰਦਾ, ਮੈਂ ਤੁਹਾਨੂੰ ਯਾਦ ਕਰਵਾ ਦੇਣਾ, ਲੋਕ ਸਭਾ ਇਲੈਕਸ਼ਨ ਸੀ, ਉਸ ਤੋਂ 3 ਕੁ ਦਿਨ ਪਹਿਲਾਂ ਬਠਿੰਡੇ ਰੈਲੀ ਰਾਜਾ ਬੜਿੰਗ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਨਵਜੋਤ ਸਿੰਘ ਸਿੱਧੂ, ਅਤੇ ਬੇਅਦਬੀਆਂ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਖਾਸ ਕਰਕੇ ਅਸਿੱਧੇ ਤੌਰ 'ਤੇ ਫਰੈਂਡਲੀ ਮੈਚ ਦਾ ਜ਼ਿਕਰ ਹੋਇਆ, ਅਤੇ ਉਸ ਤੋਂ ਬਾਅਦ ਕੁਝ ਦਿਨ ਬਾਅਦ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਨੇ ਟਵੀਟ ਵੀ ਕਰਦੇ ਨੇ ਕਿ ਬਿਲਕੁਲ ਜੋ ਫਰੈਂਡਲੀ ਮੈਚ ਦਾ ਜ਼ਿਕਰ ਹੋਇਆ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਇਸ ਮਸਲੇ 'ਤੇ, ਅਤੇ ਹੁਣ ਲਗਾਤਾਰ ਬਿਆਨ ਆਉਣੇ, ਬੇਸ ਤਿਆਰ ਕੀਤਾ ਜਾ ਰਿਹਾ ਕਿ ਆਖਿਰਕਾਰ ਕਾਰਨ ਕੀ ਹੈ? ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਨਾ ਮੰਨਣਾ। ਦੇਖੋ, ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਕਿਸ਼ਨ ਜੀ, ਤੁਸੀਂ ਅਗਰ ਸਮਝਣ ਦੀ ਕੋਸ਼ਿਸ਼ ਕਰੋ ਕਿ ਨਵਜੋਤ ਸਿੰਘ ਸਿੱਧੂ ਨੇ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਜੋ ਉਹਨੂੰ ਕੇਂਦਰੀ ਕਾਂਗਰਸ ਵੱਲੋਂ, ਗਾਂਧੀ ਪਰਿਵਾਰ ਵੱਲੋਂ ਮਹੱਤਤਾ ਦਿੱਤੀ ਗਈ, ਉਹਦੇ ਕਰਕੇ ਭੁਲੇਖਾ ਖਾ ਗਿਆ ਕਿ 2019 ਦੇ ਵਿੱਚ ਕਾਂਗਰਸ ਦੀ ਸਰਕਾਰ ਸੈਂਟਰ 'ਚ ਬਣ ਜਾਣੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਰਿਪਲੇਸ ਕਰਕੇ ਉਹਨਾਂ ਦੀ ਥਾਂ ਤੇ ਮੈਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਊਗਾ। ਉਹਨਾਂ ਦੀ ਭਾਸ਼ਾ ਹੀ ਵਿਗੜ ਗਈ। ਜਿਹੜਾ ਬੰਦਾ ਆਪਣੇ ਮੁੱਖ ਮੰਤਰੀ ਨੂੰ ਕਹਿੰਦਾ ਹੈ ਕਿ ਕੌਣ ਕੈਪਟਨ, ਕਿਹੜਾ ਕੈਪਟਨ, ਉਹ ਤਾਂ ਫੌਜ ਕੈਪਟਨ ਹੈ, ਮੇਰਾ ਕੈਪਟਨ ਰਾਹੁਲ ਗਾਂਧੀ ਹੈ, ਇਹਦਾ ਮਤਲਬ ਭੁਲੇਖਾ ਖਾਧਾ ਸੀ ਤੇ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ। ਪੱਗ ਇਹਨੇ ਕਿਸੇ ਦੀ ਰਹਿਣ ਵੀ ਨਹੀਂ ਦਿੱਤੀ। ਹਰੇਕ ਦੀ ਪੱਗ ਨੂੰ ਹੱਥ ਪਾਇਆ, ਚਾਹੇ ਡਾਕਟਰ ਮਨਮੋਹਨ ਸਿੰਘ ਹੈ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ ਹੈ। ਜੇ ਹੱਥ ਪੱਗ ਨੂੰ ਕਿਸੇ ਦੀ ਨੂੰ ਪਾਊਗਾ, ਭਾਵੇਂ ਅਗਲਾ ਮਾੜਾ ਹੈ, ਚੰਗਾ ਹੈ, ਜਿਸ ਤਰ੍ਹਾਂ ਦਾ ਵੀ ਹੈ, ਫਿਰ ਪੱਗ ਤੇ ਬਚਾਊਗਾ ਹੀ ਨਾ। ਤੇ ਇਹਦਾ ਕੋਲੇ ਜ਼ਬਾਨ ਹੈ, ਮਹਾਂਪੁਰਸ਼ਾਂ ਕੋਲੇ, ਨਵਜੋਤ ਸਿੰਘ ਸਿੱਧੂ ਹੋਰਾਂ ਕੋਲੇ ਜੋ ਚੱਲਦਾ ਹੈ ਮੂੰਹ 'ਚ ਚੱਲਣ ਦਿਓ, ਤੇ ਜ਼ਬਾਨ ਕਰਕੇ ਹੀ ਮਤਲਬ ਇਹਨਾਂ ਨੂੰ ਵਾਹਵਾਹੀ ਮਿਲੀ ਸੀ ਵੀ ਚੰਗੇ ਬੁਲਾਰੇ ਨੇ, ਚੰਗੇ ਸ਼ਬਦਾਂ ਦੀ ਇਹਨਾਂ ਕੋਲੇ ਹੈਗੀ ਹੈ, ਭਾਵੇਂ ਸ਼ਬਦ ਭਾਉ ਭਾਉ ਗਏ ਉਹੀ ਨੇ, ਉਹੀ ਸ਼ਬਦ ਵਰਤਦੇ ਨੇ, ਸ਼ਬਦ ਕੋਈ ਨਵੇਂ ਨਹੀਂ, ਉਹੀ ਚੁਟਕਲੇ, ਉਹੀ ਸ਼ਬਦ, ਉਹੀ ਵਰਤ ਵਰਤ ਕੇ ਕਦੀ ਕਿਸੇ ਵਾਸਤੇ, ਕਦੀ ਕਿਸੇ ਵਾਸਤੇ। ਇਸ ਕਰਕੇ ਜਿਹੜਾ ਨਵਜੋਤ ਸਿੰਘ ਸਿੱਧੂ ਜਿਹੜੇ ਨੇ, ਦੇਖੋ ਅੱਜ ਤੁਹਾਡੀ ਥੱਲੇ ਇੱਕ ਬ੍ਰੇਕਿੰਗ ਨਿਊਜ਼ ਚੱਲ ਰਹੀ ਹੈ ਜਿਹਦੇ ਵਿੱਚ ਉਹਦੇ 'ਚ ਕਿਹਾ ਗਿਆ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਫੇਲ ਹੋਏ ਨੇ ਤੇ ਵਾਈਫਾਈ ਰਾਹੀਂ ਸਰਕਾਰ ਚਲਾ ਰਹੇ ਨੇ ਤੇ ਫਾਰਮ ਹਾਊਸ ਤੇ ਬੈਠ ਕੇ ਚਲਾ ਰਹੇ ਨੇ ਨਵਜੋਤ ਸਿੰਘ ਸਿੱਧੂ। ਤੇ ਹੁਣ ਇਸ ਤੋਂ ਵੱਧ ਕੀ ਹੋ ਸਕਦਾ ਕਿ ਜਿਹੜੀ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਲਿਆਣ ਕੇ
दूजे पासों पाला बदल के आउंदे ने ते चौं थाई फिर के आउंदे ने कदी आम आदमी पार्टी कोले जांदे ने कदी फिर कांग्रेस कोले आउंदे ने फिर उहदे च शामिल होंदे ने शामिल हो के एमएलए बनदे ने वजीर बनदे ने नहीं बंटवा साहब ओह तां फ्रेंडली मैच दा भी जिक्र करदे ने कि फ्रेंडली मैच चल रहे हैं तां ही कोई कार्रवाई नहीं हुई भावे माफिया दा जिक्र होवे जां तमाम ओह गल्लां होण मैं कहा जी अहीं ते ठोक के कहिंदे आ शुरू तों कहिंदे आ ना कोई गुनाह कीता ते ना किसे तरह दा सानू कोई अहीं ठोक के कहिंदे कि जे किसी तां किसी भी थां ते सच्चा सरकार चलाउंदे आ जां बीएलबीएन दी गल करदे आ जां किसी भी थां ते किसी भी तरह दा कोई गुनाह कीता है तबाही कीती है ते जो कानून अनुसार सजा बनदी दिओ पर केवल ते केवल सियासत कीती गई सियासत कीती गई माहौल बनाया गया और उस माहौल दे विच अकाली दल शिकार भी होया उहदा उहदा नुकसान होया अकाली दल नूं पर असीं ते अज भी कहिंदे आ कैप्टन अमरिंदर सिंह होरां ने तुहाडे सामने है जो कुछ भी है इको लफ्ज रह गया चाहे दूसरे विरोधी जिन्ने भी हैगे ने अज नवजोत सिंह सिद्धू जी कैप्टन अमरिंदर सिंह विरुद्ध खड़ोता है वो भी कही जांदा जी अकाली ते कैप्टन अमरिंदर सिंह रले ने जिहड़े भी लोग कैप्टन अमरिंदर सिंह दी सोच तो पासे जांदे ने कैप्टन अमरिंदर सिंह दे विरुद्ध खड़दे ने जां अकाली दल दे विरुद्ध खड़दे ने उही लफ्ज इही कहिंदे ने जिहनां कोल कहिण वास्ते होर है वी की सब तों वध जे पंजाब दे अंदर पिछले तिना समा तिना सालों के किसी के विरुद्ध जहरीले बयान दिते ने कैप्टन अमरिंदर सिंह ने वो अकाली दल के विरुद्ध दिते ने चाहे वह सुखबीर सिंह बादल हो चाहे बीबा हरसिमरत कौर बादल हो समुचा श्रोमणी अकाली दल हो वार बार जो टारगेट किया आ निशाना साधा आ तिखे बयान दिते ने नुकसान करने की कोशिश की है वो श्रोमणी अकाली दल का की है कैप्टन अमरिंदर सिंह ने वेरका साहब किसी होर ने नहीं किया वेरका साहब इस गल तो मुनकर नहीं हो सकते कि नवजोत सिंह सिद्धू के जो संबंध ने हाईकमान नाल ज्यादा बेहतर ने की समझा जावे भी इस करके अनुशासनी कोई कार्रवाई नहीं हो रही लगातार जो बयान आ रहे ने वेरका साहब मेरी आवाज थोड़े तक पहुंच रही है मेनू तनु आवाज आ रही मेरी जी आ रही है बिल्कुल सुन पा रहे हैं जी अच्छा मैं ये कह रहा कि जिथो तक ये गल कह रहे हैं कि कांग्रेस के बीच तो जी नवजोत सिंह सिद्धू ताकत का झंडा लेकिन सवाल इस गल का हैगा भाई साडा जिथे तक इंटरनल पार्टी का मैटर है अभी सामांगे लेकिन ये अपनी पीढ़ी थले छोटा मार के देख रहे ये जी पग उछालन की गल करते हैं ते ढींसा साहब ने कि पग उछाली है ब्रह्मपुरा ने कि पग उछाली है और बाकिया ने कि पग नहीं उछाली ये मैं कुछ कहना नहीं ज्यादा चाहता और आम आदमी पार्टी यह समझ लेना चाहिए कि जो झाड़ूगा तीला तीला हो फिर लेकिन ये गल वास्ते कहनी कि कांग्रेस पार्टी के बिच बड़ा वड्डा हमला होया कांग्रेस पार्टी यूनाइट है कांग्रेस पार्टी इकट्ठी है और कांग्रेस पार्टी हर चीज का मुकाबला करेगी पंजाब के लोग कांग्रेस के नाल है और कांग्रेस की दोबारा सरकार आएगी संधू साहब संधू साहब भी साढ़े एसोसिएट एडिटर नाल जुड़े हुए ने संधू साहब कोई सवाल करना चाहो वक् वक् हुकुमरान ते एडिटर साहब नाल जुड़े हुए ने बटवा साहब भी ते रोड़ी साहब भी जी केतक साहब बड़े तीन सपने ले रहे हो और उम्मीद करते हैं कि अगला जड़ा इलेक्शन है तुहाडे नाल नवजोत सिद्धू रहन जिहदी कि उम्मीद काफी घट है मेरा सवाल जिहड़ा है केतक साहब दा जवाब देना चाहुंदा जी रोड़ी साहब मैं तुहाडे कोल आ रहा कि मेरा सवाल यह है कि बहुत सारी अटकलां ने कि नवजोत सिद्धू शायद हुण जिहड़ी अगली अपनी इनिंग है वह आम आदमी पार्टी च खोलन हालांकि आम आदमी पार्टी की जिहड़ी सीनियर लीडरशिप है वो लगातार इसके खिलाफ है कि नवजोत सिद्धू उन्होंने पार्टी च आन तुसीं नवजोत सिद्धू की कारगुजारी को किवें देखते हो एक मंझे हुए क्रिकेट के खिलाड़ी तो रहे हैं और सियासत में भी एक लंबा उन्होंने टाइम गुजार लिया है लगता कि आम आदमी पार्टी की जिवें गल्लां कर रहे ने वो कि कुछ परिवारों का जिहड़ा हैगा रसूख रहा है पंजाब की राजनीति च लगता कि आम आदमी पार्टी उन्होंने एक ढुकवी पार्टी है और उत्थे जाके लैंडिंग हो सकती है उन्होंने सिद्धू साहब का बहुत वड्डा बवाल है मैं ये गल बिल्कुल नहीं कही तुहाडे ऑन रिकॉर्ड है तुसीं अज आपां डिबेट दे उत्ते सारी रिकॉर्डिंग दे विच कही है मैं तां ये गल सिर्फ पुछी वीरका साहब नूं कि वीरका साहब दसण कि सरकार ने जिहड़े वादे कीते सी कि ओह अपने वादे पूरे सफल करन दे विच सफल है जां असफल है इन्होंने वादा किया घर घर नौकरी का घर घर कर्जा माफी का बिजली सस्ती का सारिया के फेल है नंबर दो तुसी गल की नवजोत सिंह सिद्धू बारे आम आदमी पार्टी के की विचार ने तो तुसी यह भी गल कह दी कि सीनियर लीडरशिप उन्होंने आने के नाराज है साढ़े किसी भी लीडर ने साढ़े किसी भी वलंटियर ने अज तक यह गल बिल्कुल नहीं कही कि नवजोत सिंह सिद्धू जेकर आम आदमी पार्टी आते हैं तो असी उन्होंने खिलाफ हाँ जा असी उन्होंने जी मुखालफत करा ਸਾਡਾ ਇੱਕੋ ਹੀ ਕਹਿਣਾ ਹੈ ਕਿ ਜੇਕਰ ਪੰਜਾਬ ਨੂੰ
ਇਹਨਾਂ ਪਾਰਟੀਆਂ ਤੋਂ ਰਵਾਇਤੀ ਪਾਰਟੀਆਂ ਤੋਂ ਸਪੈਸ਼ਲ ਕਰਕੇ ਦੋ ਟੱਬਰਾਂ ਤੋਂ ਬਚਾਉਣਾ ਹੈ ਜਿਹਨਾਂ ਨੇ ਪੰਜਾਬ ਦਾ ਕਰਜ਼ਾ ਜਿਹੜਾ ਅੱਜ ਕੁਛ ਹਜ਼ਾਰ ਤੋਂ ਲੈ ਕੇ ਕਈ ਲੱਖ ਕਰੋੜ ਬਣਾ ਦਿੱਤਾ ਜਿਹਦਾ ਅੱਜ ਵਿਆਜ ਦੇਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਜਿਹਦੇ ਲਈ ਅੱਜ ਘਰ ਘਰ ਸ਼ਰਾਬ ਵੇਚਣੀ ਪੈ ਰਹੀ ਹੈ ਹੋਮ ਡਿਲੀਵਰੀ ਕਰਨੀ ਪੈ ਰਹੀ ਹੈ ਉਹ ਕਰਜ਼ੇ ਦੀਆਂ ਕਿਸ਼ਤਾਂ ਲਾਉਣ ਲਈ ਜੇਕਰ ਅਸੀਂ ਅੱਜ ਪੰਜਾਬ ਦਾ ਭਲਾ ਚਾਹੁੰਦੇ ਹਾਂ ਤਾਂ ਤੀਜੀ ਧਿਰ ਜਿਹਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਉੱਪਰ ਉੱਭਰ ਕੇ ਆਈ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਦੇਖ ਰਹੇ ਨੇ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੰਮ ਕੀਤੇ ਉਹ ਪੰਜਾਬ ਵਿੱਚ ਵੀ ਕਰਨਗੇ ਉਹਨੂੰ ਦੇਖਦੇ ਹੋਏ ਲੋਕ ਤੀਜੀ ਧਿਰ ਦੇ ਨਾਲ ਆ ਕੇ ਖੜਨ ਲਈ ਤਿਆਰ ਨੇ ਔਰ ਸਾਡਾ ਸਾਰਿਆਂ ਨੂੰ ਸੱਦਾ ਸੰਧੂ ਸਭ ਤੁਹਾਨੂੰ ਵੀ ਤੁਸੀਂ ਵੀ ਚੰਗੇ ਬੰਦੇ ਹੋ ਜਿਹੜੇ ਵੀ ਲੋਕ ਪੰਜਾਬ ਦੀ ਭਲਾਈ ਚਾਹੁੰਦੇ ਨੇ ਲਗਾਤਾਰ ਸਟੇਟਮੈਂਟ ਆਈਆਂ ਹਾਲਾਂਕਿ ਜਦੋਂ ਬੋਲਦੇ ਨੇ ਤਾਂ ਝਿਜਕਦੇ ਨਹੀਂ ਇਸ ਮਸਲੇ ਤੇ ਵੀ ਉਹਨਾਂ ਨੂੰ ਬੇਬਾਕੀ ਨਾਲ ਜਾਣਿਆ ਜਾਂਦਾ ਪਰ ਇਸ ਬਿਆਨ ਨੂੰ ਕਿਹੜੇ ਨਜ਼ਰੀਏ ਨਾਲ ਦੇਖੀਏ ਉਸ ਤੇ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ ਵੇਰਕਾ ਸਾਹਿਬ ਮਲਟੋਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਰੋੜੀ ਸਾਹਿਬ ਤੁਹਾਡਾ ਵੀ ਧੰਨਵਾਦ ਜਗਦੀਪ ਸੰਧੂ ਮੇਰੇ ਸਹਿਯੋਗੀ ਨਾਲ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰ ਰਿਹਾ ਨਵਜੋਤ ਸਿੰਘ ਸਿੱਧੂ ਹਾਲਾਂਕਿ ਬੇਬਾਕੀ ਨਾਲ ਬਿਆਨ ਦਿੰਦੇ ਨੇ ਪਰ ਇਸ ਮੌਕੇ ਇਸ ਬਿਆਨ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਵਾਕਈ 2022 ਲਈ ਬੇਸ ਤਿਆਰ ਕੀਤਾ ਜਾ ਰਿਹਾ ਕਈ ਤਰ੍ਹਾਂ ਦੇ ਸਵਾਲ ਨੇ ਜੋ ਮਨ ਦੇ ਵਿੱਚ ਉੱਠਦੇ ਨੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਉੱਠਦੇ ਹਾਂ ਬ੍ਰੇਕ ਤੋਂ ਬਾਅਦ ਲਗਾਤਾਰ ਇਸ ਮਸਲੇ 'ਤੇ ਅਸੀਂ ਚਰਚਾ ਕਰਾਂਗੇ